ਨਮਸਕਾਰ ਜੀ, ਮੈਂ ਮਨੀਸ਼ ਸਟੱਡੀ ਵਰਲਡ ਤੋਂ। ਸਟੂਡੈਂਟ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਹੈ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੈ, ਬਟ ਬਜਟ ਨਹੀਂ ਹੈਗਾ, ਕਿਉਂਕਿ ਕੈਨੇਡਾ ਦਾ ਬਜਟ ਵੀ ਅਗਰ ਆਪਾਂ ਗੱਲ ਕਰਕੇ ਚਲੀਏ GIC ਦੇ ਨਾਲ, ਅਤੇ ਇੱਕ ਰੀਜ਼ਨੇਬਲ ਕਾਲਜ ਜਿਹਦੇ ਵਿੱਚ ਵੀ ਆਪਣਾ ਵਰਕ ਪਰਮਿਟ ਹੈਗਾ, ਅਤੇ ਤੁਸੀਂ ਜਾ ਕੇ ਚਲੋ ਵੀ ਤੁਸੀਂ ਟਰੈਵਲ ਵੀ ਕਰਨਾ, ਟਿਕਟ ਵੀ ਦੇਣੀ ਹੈ, ਨਾਲ ਵੀ ਕੁਛ ਪੈਸੇ ਲੈ ਕੇ ਜਾਣੇ ਆ, ਤੁਸੀਂ ਜਾ ਕੇ ਚਲੋ ਵੀ 24-25 ਲੱਖ ਰੁਪਏ ਦਾ ਤੁਹਾਡਾ ਬਜਟ ਤੁਹਾਡਾ ਇੱਕ ਵਾਰੀ ਪੋਕਿਟ ਤੋਂ ਲੱਗ ਹੀ ਜਾਂਦਾ, ਨਿਕਲ ਜਾਏਗਾ ਇੱਕ ਵਾਰੀ, ਤੁਹਾਡੇ 25-1 ਲੱਖ ਰੁਪਏ ਦਾ ਤੁਹਾਡਾ ਇੰਤਜ਼ਾਮ ਹੋਣਾ ਜ਼ਰੂਰੀ ਹੈ ਤੁਹਾਡੇ ਵਾਸਤੇ। ਇਸ ਤੋਂ ਇਲਾਵਾ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਵੀ ਫੀਸ ਭਰਨੀ ਹੈ, GIC ਭਰਨੀ ਹੈ, MSEB ਪੇ ਕਰਨੀ ਹੈ, ਫੰਡ ਸ਼ੋ ਕਰਨੇ ਹੈ, ਤਾਂ ਤੁਸੀਂ ਜਾ ਕੇ ਚਲੋ ਵੀ 15-16 ਲੱਖ ਰੁਪਏ ਦਾ ਤੁਹਾਡਾ ਬਜਟ ਹੋਣਾ ਜ਼ਰੂਰੀ ਹੈਗਾ। ਅੱਜ ਦੀ ਡੇਟ ਦੇ ਹਿਸਾਬ ਨਾਲ ਜਿਵੇਂ ਕਾਲਜ ਦੀਆਂ ਕਈ ਯੂਨੀਵਰਸਿਟੀਆਂ ਕਾਲਜ 6 ਮਹੀਨੇ ਦੀਆਂ ਫੀਸਾਂ ਮੰਗ ਰਹੀਆਂ, ਕੋਈ 9 ਮਹੀਨੇ ਦੀਆਂ ਵੀ ਮੰਗ ਰਹੀਆਂ, ਕੋਈ ਸਾਲ ਦੀਆਂ ਵੀ ਮੰਗ ਰਹੀਆਂ, ਇਸ ਕਰਕੇ ਵੀ ਤੁਸੀਂ ਜਦੋਂ ਵੀ 14-15 ਲੱਖ ਤੋਂ ਲੈ ਕੇ 18-19 ਲੱਖ ਦਾ ਤੁਹਾਡਾ ਬਜਟ ਹੋਣਾ ਜ਼ਰੂਰੀ ਹੈਗਾ ਅਪਫਰੰਟ, ਵੀ ਪਹਿਲਾਂ ਹੋਣੇ ਚਾਹੀਦੇ। ਇਹ ਨਹੀਂ ਹੈਗਾ ਵੀ ਆਫਟਰ ਵੀਜ਼ਾ, ਤੁਹਾਨੂੰ ਪਹਿਲਾਂ ਇੰਨੇ ਕੁ ਪੈਸੇ ਹੋਣੇ ਚਾਹੀਦੇ ਜਦ ਯੂਨੀਵਰਸਿਟੀ 'ਚ ਅਪਲਾਈ ਕਰਨ ਵਾਸਤੇ। ਫਿਰ ਗੱਲ ਆ ਗਈ ਜੀ ਉਸ ਬੱਚੇ ਵੀ ਜਿਹੜੇ ਜਿਨ੍ਹਾਂ ਕੋਲ ਬਜਟ ਨਹੀਂ ਹੈਗਾ ਅਤੇ ਇੱਕ ਵਧੀਆ ਕੰਟਰੀ ਜਾਣਾ ਚਾਹੁੰਦੇ ਨੇ, ਇਸ ਤੋਂ ਇਲਾਵਾ ਕੀ ਬਚਿਆ ਜੀ, ਇੱਕ USA ਬਚ ਗਿਆ, ਫਿਰ UK ਬਚ ਗਿਆ ਅਤੇ ਨਿਊਜ਼ੀਲੈਂਡ ਬਚ ਗਿਆ। ਨਿਊਜ਼ੀਲੈਂਡ ਦੀ ਗੱਲ ਕਰੀਏ, 6 ਮਹੀਨੇ ਪੁਰਾਣੇ ਫੰਡ ਚਾਹੀਦੇ ਨੇ ਆਪਾਂ ਨੂੰ, ਘੱਟੋ ਘੱਟ 20 ਲੱਖ ਰੁਪਇਆ 6 ਮਹੀਨੇ ਪੁਰਾਣੇ ਫੰਡਸ ਦੇ ਵਿੱਚ ਰਿਕੁਆਇਰਮੈਂਟ ਹੈਗੀ ਮਿਨੀਮਮ, ਜੋ ਕਿ ਨਹੀਂ ਹੋ ਪਾਉਂਦਾ। 20 ਲੱਖ ਰੁਪਇਆ 6 ਮਹੀਨੇ ਦੇ ਵਿੱਚ ਅਕਾਊਂਟ 'ਚ ਪਿਆ ਹੋਇਆ ਕੋਈ ਆਸਾਨ ਕੰਮ ਨਹੀਂ ਹੈਗਾ। ਫਿਰ ਆ ਗਈ ਯੂਕੇ ਦੀ ਗੱਲ ਕਰੀਏ, ਵੀ ਆਪਾਂ ਅਗਰ ਫੀਸ ਦੀ ਗੱਲ ਕਰੀਏ, ਫੰਡ ਸ਼ੋ ਕਰਨੇ ਹੈ, ਇੰਸ਼ੋਰੈਂਸ ਭਰਨੀ ਹੈ, ਵੈਸੀ ਫੀਸ 'ਚ ਵੀ ਵੱਧ ਕੇ 55,000 ਹੋ ਚੁੱਕੀ ਹੈ ਇਸ ਟਾਈਮ 'ਤੇ, ਸਾਰਾ ਕੁਝ ਬਜਟ ਲਾ ਕੇ ਚੱਲੀਏ, ਵੀ ਤੁਸੀਂ ਦੱਸੋ ਵੀ 12 ਲੱਖ ਤੋਂ ਲੈ ਕੇ 16-16 ਲੱਖ ਤੱਕ ਤੁਹਾਡਾ ਬਜਟ ਹੋਣਾ ਜ਼ਰੂਰੀ ਹੈ, ਡਿਪੈਂਡਿੰਗ ਔਨ ਦਾ ਕੇਸ। ਹੁਣ ਕਈ ਬੱਚੇ ਹੋਣਹਾਰ ਹੈਗੇ ਨੇ, ਇੰਗਲਿਸ਼ ਵੀ ਠੀਕ ਹੈ, ਪੜ੍ਹਾਈ ਲਿਖਾਈ 'ਚ ਵੀ ਚੰਗੇ ਨੇ, ਅਤੇ ਬਾਹਰ ਜਾਣ ਦਾ ਸਪਨਾ ਵੀ ਹੈਗਾ, ਬਟ ਪੈਸੇ ਨਹੀਂ ਹੈਗੇ, ਹੁਣ ਕਿਵੇਂ ਜਾ ਜਾਏ? ਹੁਣ ਤੁਹਾਡੇ ਵਿੱਚ 2 ਚੀਜ਼ਾਂ ਹੋਣੀਆਂ ਜ਼ਰੂਰੀ ਹੈ ਜੀ ਇਸ ਟਾਈਮ 'ਤੇ, ਜੋ ਸਿਚੁਏਸ਼ਨ ਹੈਗੀ ਹੈ। ਜਾਂ ਤਾਂ ਤੁਹਾਡੇ ਕੋਲ ਪੈਸੇ ਹੋਣ ਬਾਹਰ ਜਾਣ ਵਾਸਤੇ, ਠੀਕ ਹੈ, ਇਹ 4 ਕੰਟਰੀ ਜਿਹੜੇ ਤੁਹਾਨੂੰ ਦੱਸੇ ਉਹਦੇ ਉੱਥੇ ਪੈਸੇ ਲੱਗਣਗੇ ਤੁਹਾਡੇ ਜਾਣ ਨੂੰ, ਵੀ ਹਾਂ ਤੁਹਾਡੇ ਮਾਂ ਬਾਪ ਕੋਲ ਪੈਸਾ ਹੈਗਾ, ਜਾਂ ਉਹ ਬੋਰੋ ਕਰ ਸਕਦੇ ਨੇ ਪੈਸਾ, ਜਾਂ ਤੁਹਾਡਾ ਕਿਤੇ ਨਾ ਇੰਤਜ਼ਾਮ ਕਰ ਸਕਦੇ ਨੇ, ਬਿਲਕੁਲ ਜੀ ਤੁਸੀਂ ਜਾ ਸਕਦੇ। ਬਟ ਉਹ ਬੱਚੇ ਜਿਹਨਾਂ ਕੋਲ ਪੈਸਾ ਨਹੀਂ ਹੈਗਾ ਜ਼ਿਆਦਾ ਜਾਣ ਨੂੰ, ਜਾਂ ਮਾਂ ਬਾਪ ਅਫੋਰਡ ਨਹੀਂ ਕਰ ਸਕਦੇ, ਜਾਂ ਬੋਰੋ ਨਹੀਂ ਕਰ ਸਕਦੇ, ਅਤੇ ਬੱਚੇ ਹੋਣਹਾਰ ਨੇ, ਬੱਚੇ ਲਾਇਕ ਹੈਗੇ ਨੇ, ਬੱਚੇ ਜਾਣਾ ਚਾਹੁੰਦੇ ਨੇ ਬਾਹਰ, ਅਤੇ ਵਧੀਆ ਕੰਟਰੀ 'ਚ ਜਾਣਾ ਚਾਹੁੰਦੇ ਨੇ। ਹੁਣ ਜ਼ਿਆਦਾਤਰ ਆਪਸ਼ਨ ਕੀ ਮਿਲਣਗੇ, ਸਾਈਪਰ ਚਲੇ ਜਾਓ ਜੀ, ਸਿੰਗਾਪੁਰ ਚਲੇ ਜਾਓ, ਕਿਸੇ ਯੂਰੋਪੀਅਨ ਕੰਟਰੀ 'ਚ ਚੱਲ ਜਾਓ, ਅਤੇ ਐਸੇ ਇਹਦੇ ਵਿੱਚ ਵੀ ਅੱਗੇ ਜਾ ਕੇ ਤੁਹਾਨੂੰ ਪਤਾ ਹੀ ਹੈ ਵੀ ਕਮਾਈ ਦੇ ਅਤੇ ਹੋਰ ਚੀਜ਼ਾਂ ਦੇ ਸਾਧਨ ਨਹੀਂ ਹੁੰਦੇ, ਅਤੇ ਅੱਗੇ ਸੈਟਲਮੈਂਟ ਵੀ ਨਹੀਂ ਹੋ ਪਾਉਂਦੀ। ਐਸੇ ਸਟੂਡੈਂਟ ਵਾਸਤੇ ਵਧੀਆ ਅਤੇ ਬਹੁਤ ਸਸਤੀ ਆਪਸ਼ਨ ਹੈਗੀ ਹੈ USA। ਜੀ ਹਾਂ, USA ਜਿਹੜਾ ਹੈਗਾ ਇੱਕ ਬਹੁਤ ਵਧੀਆ ਆਪਸ਼ਨ ਹੈਗੀ ਹੈ ਉਹਨ ਬੱਚਿਆਂ ਵਾਸਤੇ ਜਿਹੜੇ ਇੰਗਲਿਸ਼ ਬੋਲ ਸਕਦੇ ਨੇ, ਹੋਣਹਾਰ ਹੈਗੇ ਨੇ, ਪੜ੍ਹਾਈ ਠੀਕ ਹੈਗੀ ਹੈ, ਜ਼ਿਆਦਾ ਗੈਪ ਨਹੀਂ ਹੈਗਾ ਸਟੱਡੀ 'ਚ, ਫੰਡ ਨਹੀਂ ਸ਼ੋ ਕਰ ਸਕਦੇ ਜ਼ਿਆਦਾ, ਅਤੇ ਜਿਹੜੇ ਫੀਸ ਜਿਹੜੀ ਹੈਗੀ ਹੈ ਵੀ ਉਹ ਜ਼ਿਆਦਾ ਅਫੋਰਡ ਨਹੀਂ ਕਰ ਸਕਦੇ, ਵੀ ਮਿਨੀਮਮ ਬਜਟ ਦੀ ਗੱਲ ਕਰੀਏ ਆਪਾਂ, ਵੀ 2-3 ਲੱਖ ਰੁਪਏ ਦੇ ਬਜਟ ਦੇ ਵਿੱਚ ਵੀ ਤੁਸੀਂ ਜਿਹੜਾ USA ਦਾ ਵੀਜ਼ਾ ਆਪਣੇ ਹੱਥ 'ਚ ਲੈ ਸਕਦੇ ਹੋ। ਪਲੱਸ ਜਿਹੜੀ ਫੀਸ ਹੁੰਦੀ ਹੈ USA ਦੇ ਵਿੱਚ, ਉਹ ਫੀਸ ਵੀਜ਼ਾ ਲੱਗਣ ਤੋਂ ਬਾਅਦ ਹੁੰਦੀ ਹੈ, ਅਤੇ ਤੁਸੀਂ ਉੱਥੇ ਕਿਸੇ ਕਾਲਜ 'ਚ ਵੀ ਜਾ ਕੇ ਪੜ੍ਹ ਸਕਦੇ ਹੋ, ਕਿਸੀ ਬਹੁਤ ਛੋਟੇ ਇੰਸਟੀਟਿਊਟ 'ਚ ਵੀ ਜਾ ਕੇ ਪੜ੍ਹ ਸਕਦੇ ਹੋ, ਤੁਸੀਂ ਯੂਨੀਵਰਸਿਟੀ 'ਚ ਪੜ੍ਹ ਸਕਦੇ, ਉਹ ਡਿਪੈਂਡ ਕਰਦਾ ਤੁਹਾਡੇ ਬਜਟ 'ਤੇ, ਤੁਹਾਡੇ ਕੋਲ ਕਿੰਨਾ ਪੈਸਾ ਹੈਗਾ, ਜਾਂ ਕਿੰਨਾ ਕੁ ਤੁਸੀਂ ਪੜ੍ਹਾਈ, ਜਾਂ ਕਿੰਨੀ ਔਖੀ ਪੜ੍ਹਾਈ ਕਰਨਾ ਚਾਹੁੰਦੇ ਹੋ। ਹੁਣ ਕਈ ਬੱਚੇ ਕਹਿੰਦੇ ਵੀ ਕੋਈ ਗੱਲ ਨਹੀਂ, ਸਾਡਾ ਵੀਜ਼ਾ ਦੇ ਦਿਉ, ਅਸੀਂ ਉੱਥੇ ਜਾ ਕੇ ਆਪਦਾ ਸਕੋਲਰਸ਼ਿਪ ਤੱਕ, ਹਰ ਕਾਫੀ ਯੂਨੀਵਰਸਿਟੀ ਦੇ ਦਿੰਦੀ ਹੈ, ਅਤੇ ਉਹਦੇ ਵਿੱਚ ਕੀ ਹੈ ਵੀ ਅਸੀਂ ਕਮਾ ਕੇ ਆਪਦੀਆਂ ਫੀਸਾਂ ਭਰ ਦਾਂਗੇ, ਅਤੇ ਅੱਗੇ ਆਪਦੀ ਪੜ੍ਹਾਈ ਪੂਰੀ
ਵੀ ਕੰਟੀਨਿਊ ਕਰ ਦਾਂਗੇ। ਕਈਆਂ ਦੇ ਦਿਮਾਗ 'ਚ ਇਹ ਹੁੰਦਾ ਵੀ ਨਹੀਂ ਜੀ ਸਾਨੂੰ ਜ਼ਿਆਦਾ ਪੜ੍ਹਾਈ ਦਾ ਨਹੀਂ ਹੈਗਾ, ਸਾਨੂੰ ਪੈਸੇ ਦਾ ਮਾਮਲਾ ਹੈਗਾ, ਅਸੀਂ ਵੀ ਉੱਥੇ ਕੋਈ ਡਿਪਲੋਮਾ ਪੜ੍ਹਨਾ ਚਾਹੁੰਦੇ ਹਾਂ ਅਤੇ ਡਿਪਲੋਮਾ ਨਾਲ ਨਾਲ ਕਰੀ ਜਾਵਾਂਗੇ, ਨਾਲ ਫੀਸਾਂ ਵੀ ਉਹਦੀਆਂ ਭਰੀ ਜਾਵਾਂਗੇ, ਜ਼ਿਆਦਾ ਫੀਸਾਂ ਨਹੀਂ ਹੈਗੀਆਂ ਯੂ ਐੱਸ 'ਚ, ਐੱਸ 'ਚ ਆਪਾਂ ਗੱਲ ਕਰੀਏ ਤਾਂ, ਅਤੇ ਬੱਚੇ ਜਿਹੜੇ ਹੈਗੇ ਨੇ ਵੀ ਉੱਥੇ ਕਮਾ ਕੇ ਆਪਦਿਆਂ ਉਹਨਾਂ ਕਾ ਖਰਚਾ ਕੱਢ ਦਿੰਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਜਿਹੜਾ ਡੋਲਰ ਰੇਟ ਹੀ ਕੋਈ 84-85 ਰੁਪਏ ਦੇ ਆਸ ਪਾਸ ਇਸ ਟਾਈਮ 'ਤੇ ਹੈਗਾ ਯੂ ਐੱਸ ਦਾ, ਅਤੇ ਕਮਾਈ ਜਿਹੜੀ ਹੈਗੀ ਹੈ ਕਾਫੀ ਚੰਗੀ ਹੈਗੀ ਹੈ ਯੂ ਐੱਸ ਦੇ ਵਿੱਚ, ਵਰਕਿੰਗ ਰਾਈਟਸ ਉਹਨੂੰ ਮਿਲਦੇ ਹੀ ਮਿਲਦੇ ਨੇ। 5 ਸਾਲ ਦਾ ਵੀਜ਼ਾ ਤੁਹਾਨੂੰ ਇੱਥੋਂ ਸਟੂਡੈਂਟ ਵੀਜ਼ਾ ਜਿਹੜਾ F1 ਕੈਟਾਗਰੀ ਦਾ ਮਿਲ ਜਾਂਦਾ ਹੈ, ਜਿਹਦੇ ਵਿੱਚ ਮੋਟਾ ਮੋਟਾ ਖਰਚਾ ਤੁਹਾਨੂੰ ਮੈਂ ਦੱਸ ਦਿੰਦਾ ਕੀ ਆਉਂਦਾ ਵੀ, ਇੱਕ ਤੁਹਾਨੂੰ ਪਹਿਲਾਂ ਐਡਮਿਸ਼ਨ ਮੰਗਵਾਉਣੀ ਹੈ ਅਤੇ I-20 ਮੰਗਵਾਉਣਾ ਹੈ, ਜਿਹੜਾ ਕਿ $50 ਤੋਂ ਲੈ ਕੇ $100 ਤੱਕ ਦਾ ਐਵਰੇਜ ਖਰਚਾ ਆ ਜਾਂਦਾ US$। ਫਿਰ ਆ ਗਈ ਗੱਲ ਜੀ ਸਰਵਿਸ ਫੀਸ ਅਤੇ ਅੰਬੈਸੀ ਫੀਸ। ਸਰਵਿਸ ਫੀਸ ਜਿਹੜੀ ਹੈਗੀ ਹੈ $350 ਹੈ, ਅੰਬੈਸੀ ਫੀ $160 ਹੈ, ਅਤੇ US$ ਹੈਗੇ ਨੇ। ਇਹ ਹੈ ਸਰਕਾਰੀ ਖਰਚਾ ਜਿਹੜਾ ਹੈਗਾ, ਮੇਨ ਖਰਚਾ ਜਿਹੜਾ, ਜੋ ਕਿ ਅਪਰੋਕਸੀਮੇਟਲੀ ਇਸ ਟਾਈਮ ਦੇ ਕਰੰਸੀ ਹਿਸਾਬ ਨਾਲ ਲਾ ਕੇ ਚੱਲੀਏ ਵੀ 55,000 ਜਾਂ 55,000 ਦੇ ਵਿੱਚ ਤੁਹਾਡਾ ਬਣੇਗਾ। ਇਹ ਖਰਚਾ ਜਿਹੜਾ ਹੈਗਾ ਤੁਹਾਨੂੰ ਪਹਿਲਾਂ ਪੇ ਕਰਨਾ ਪਏਗਾ, ਜਿਹਦੇ ਵਿੱਚ ਵੀ ਸਰਵਿਸ ਫੀਸ ਅਤੇ ਅੰਬੈਸੀ ਫੀਸ ਪੇ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਫੰਡਸ ਹੈਗੇ ਨੇ, ਇੱਕ ਦਿਨ ਪੁਰਾਣੇ ਫੰਡਸ ਤੁਸੀਂ ਅਸੈਪਟੇਬਲ ਹੈ, ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਜਾਣਕਾਰ 'ਤੇ ਵੀ ਦਿਖਾ ਸਕਦੇ ਹੋ, ਜਾਂ ਆਪਣੇ ਅਕਾਊਂਟ 'ਚ ਐਂਟਰੀ ਵੀ ਪਵਾ ਸਕਦੇ ਹੋ, ਜਾਂ ਫਿਰ ਉਹ ਮੈਨੇਜ ਹੋ ਜਾਂਦੀ ਹੈ ਵੀ ਫਾਈਨੈਂਸ਼ੀਅਲ ਵੀ ਕਰ ਦਿੰਦੇ ਨੇ। I-20 ਦਾ ਖਰਚਾ ਕੋਈ ਜ਼ਿਆਦਾ ਨਹੀਂ ਹੈਗਾ। ਫਿਰ ਇੰਟਰਵਿਊ ਪ੍ਰਪਰੇਸ਼ਨ ਕਰਨੀ ਹੁੰਦੀ ਹੈ ਜੀ, ਤੁਸੀਂ ਇੰਟਰਵਿਊ ਦੀ ਤਿਆਰੀ ਕਰਨੀ ਹੈ, ਜੋ ਕਿ 2-3 ਦਿਨਾਂ ਦਾ ਕੰਮ ਹੈਗਾ। ਬੇਸਿਕਲੀ 3-4 ਕੁਸ਼ਚਨ ਪੁੱਛੇ ਜਾਂਦੇ ਨੇ ਮੈਕਸੀਮਮ, ਅਤੇ ਵੀ ਤੁਸੀਂ ਕਿਹੜੇ ਕੱਪੜੇ ਪਾ ਕੇ ਜਾਣੇ, ਕਿਸ ਟਾਈਪ ਦੇ ਕੱਪੜੇ ਹੋਣੇ ਚਾਹੀਦੇ ਆ, ਕਿਵੇਂ ਤਿਆਰ ਹੋ ਕੇ ਜਾਣਾ ਤੁਸੀਂ। ਹੁਣ ਇਹ ਨਹੀਂ ਹੈਗਾ ਵੀ ਤੁਸੀਂ ਅਗਰ ਇੰਟਰਵਿਊ ਦੇਣ ਜਾਣਾ ਕੋਟ ਪੈਂਟ ਟਾਈ ਲਾ ਕੇ ਜਾ ਰਹੇ ਹੋ ਜੀ, ਇੱਕ ਵੀ +2 ਦਾ ਬੱਚਾ ਹੈਗਾ, ਉਹਨੇ ਬੈਚਲਰ ਕਰਨੀ ਹੈ USA ਦੇ ਵਿੱਚ, ਅਤੇ ਉਹਨੂੰ ਇੰਟਰਵਿਊ ਵਾਸਤੇ ਕੋਈ ਇਹ ਨਹੀਂ ਹੈਗਾ ਵੀ ਕੋਟ ਪੈਂਟ ਟਾਈ ਪਾ ਕੇ ਜਾਣਾ ਅਤੇ ਪੂਰਾ ਉਹਨੇ ਫਾਰਮਲ ਬਣ ਕੇ ਜਾਣਾ, ਨਹੀਂ। ਤੁਸੀਂ ਬਿਲਕੁਲ ਆਪਦਾ ਟੀ ਸ਼ਰਟ ਜੀਨਸ ਦੇ ਵਿੱਚ ਜਾਓ, ਸਪੋਰਟ ਸ਼ੂਜ਼ ਪਾ ਕੇ ਜਾਓ, ਤੁਸੀਂ ਲਾਈਕ ਵੀ ਲੱਗੋ ਤਾਂ ਸਹੀ ਵੀ ਸਟੂਡੈਂਟ ਹੈਗੀਆਂ ਤੁਸੀਂ, ਕੁੜੀਆਂ ਹੈਗੀਆਂ ਆਪਦਾ, ਜੋ ਮਰਜ਼ੀ ਜਿਵੇਂ ਈਜ਼ੀ ਕੈਜੂਅਲ ਯੂਨੀਫਾਰਮ ਜਾਂ ਡਰੈਸ ਪਾ ਕੇ ਜਾਣ ਆਪਣਾ, ਵੀ ਕੋਈ ਇਹ ਨਹੀਂ ਹੈਗਾ ਕੋਟ ਪੈਂਟ ਪਾ ਕੇ ਜਾਣਾ, ਤੁਸੀਂ ਬਹੁਤ ਫੋਰਮਲ ਜਾ ਕੇ ਜਾਣਾ, ਵੀ ਤਿਆਰ ਉੱਥੇ ਬਨਾਵਟੀ ਨਹੀਂ ਦਿਖਾਉਣਾ, ਤੁਸੀਂ ਨੈਚੁਰਲ ਦਿਖਾਉਣਾ ਆਪਣੇ ਆਪ ਨੂੰ। ਹਾਂ, ਬੇਸਿਕ ਕੁਸ਼ਚਨ ਹੁੰਦੇ ਵੀ ਤੁਸੀਂ ਕੋਰਸ ਕਿਹੜਾ ਪੜ੍ਹਨ ਜਾ ਰਹੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਯੂਨੀਵਰਸਿਟੀ ਕਾਲਜ 'ਚ ਜਾ ਰਹੇ ਹੋ, ਪਤਾ ਹੋਣਾ ਚਾਹੀਦਾ ਤੁਸੀਂ USA ਹੀ ਕਿਉਂ ਪੜ੍ਹਨਾ ਚਾਹੁੰਦੇ ਹੋ। ਸਿੰਪਲ ਕੁਸ਼ਚਨ ਹੈ ਜੀ, ਬੈਸਟ ਕੁਆਲਿਟੀ ਆਫ ਐਜੂਕੇਸ਼ਨ ਹੈ USA ਦੀ, ਅਤੇ ਮੈਂ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ ਆਪਦਾ ਕਰੀਅਰ ਨਾਲ, ਅਤੇ ਮੈਂ ਵਧੀਆ ਕਿਸੇ ਕੰਟਰੀ 'ਚ ਪੜ੍ਹਨਾ ਚਾਹੁੰਦਾ। ਬਿਲਕੁਲ ਠੀਕ ਹੈ ਜੀ, ਵਾਪਸ ਕਿਉਂ ਆਉਂਗੇ, ਮੇਰੀ ਫੈਮਿਲੀ ਇੱਥੇ ਹੈ, ਸਭ ਕੁਝ ਇੱਥੇ ਹੈ ਜੀ, ਮੈਂ ਪੜ੍ਹਾਈ ਕਰਨ ਤੋਂ ਬਾਅਦ ਵਧੀਆ ਐਜੂਕੇਸ਼ਨ ਲੈ ਕੇ, ਅਤੇ ਮੈਨੂੰ ਉਹ ਵਧੀਆ ਡਿਗਰੀ ਜਿਹੜੀ ਹੈਗੀ ਹੈ ਉਹਦੀ ਵੈਲਿਊ ਇੰਡੀਆ 'ਚ ਮਿਲਦੀ ਹੈ, ਕਿਉਂਕਿ ਮੇਰਾ ਵਧੀਆ ਐਕਸੈਂਟ ਹੋ ਜਾਏਗਾ ਉੱਥੇ ਜਾ ਕੇ, ਕਮਿਊਨੀਕੇਸ਼ਨ ਸਕਿੱਲ ਹੋ ਜਾਣਗੇ, ਮੇਰੇ ਐਟੀਟਿਊਡ ਜਿਹੜਾ ਹੈਗਾ, ਇੱਕ ਤਾਂ ਐਕਸਪੋਜ਼ਰ ਜਿਹੜਾ ਮੈਨੂੰ ਉੱਥੇ ਜਾ ਕੇ ਮਿਲਦਾ, ਉਹਦੇ ਬੇਸ 'ਤੇ ਮੈਂ ਵਾਪਸ ਜਦੋਂ ਇੰਡੀਆ ਆਉਂਦਾ ਤਾਂ ਮੈਨੂੰ ਆਰਾਮ ਨਾਲ ਇੱਥੇ ਜੋਬ ਮਿਲ ਜਾਏਗੀ, ਅਤੇ ਵਧੀਆ ਕਿਸੇ ਕੰਪਨੀ 'ਚ ਜੋਬ ਕਰ ਸਕਦੇ, ਵਧੀਆ ਮੇਰਾ ਜਿਹੜਾ ਫਿਊਚਰ ਹੋ ਜਾਏਗਾ। ਸਿੰਪਲ 3-4 ਕੁਸ਼ਚਨ ਹੈ, 3-4 ਦੇ 3-4 ਆਂਸਰ ਹੋ ਗਏ, ਉਹ ਰੱਟਾ ਵੀ ਮਾਰਿਆ ਜਾ ਸਕਦਾ, ਕੋਈ ਐਸੀ ਗੱਲ ਨਹੀਂ ਹੈਗੀ। ਇਸ ਤੋਂ ਇਲਾਵਾ ਕੁਸ਼ਚਨ ਹੁੰਦਾ ਨਹੀਂ ਹੈਗਾ ਐਸ 'ਚ, ਅਗਰ ਆਪਾਂ ਸਹੀ ਗੱਲ ਕਰੀਏ ਤਾਂ। ਅਤੇ ਇਹ 4 ਕੁਸ਼ਚਨਾਂ ਦਾ ਜਵਾਬ ਵੀ ਅਗਰ ਆਪਾਂ ਅਗਰ ਜਿਵੇਂ IELTS PT ਦੀ ਤਿਆਰੀ ਕਰਦੇ ਹਾਂ, ਉਹਦੇ ਵਿੱਚ ਸਪੀਕਿੰਗ ਦੀ ਤਿਆਰੀ ਕਰਦੇ ਹਾਂ ਆਪਾਂ ਵੀ, ਸਪੀਕਿੰਗ 'ਚ ਇਹ ਕੁਸ਼ਚਨ ਪੁੱਛੇਗਾ, ਜਵਾਬ ਦੇਣਾ ਉਹੀ ਉੱਥੇ ਹੈ। ਬਸ ਇਹ ਹੈ ਵੀ ਫੇਸ ਟੂ ਫੇਸ ਤੁਸੀਂ ਜਾ ਕੇ IELTS PT ਦੇ ਵਿੱਚ ਵੀ ਫੇਸ ਟੂ ਫੇਸ ਹੀ ਹੁੰਦਾ ਖੈਰ, ਅਤੇ ਉਹੋ ਜਿਹਾ ਹੀ ਇੱਕ ਇਨਵਾਇਰਮੈਂਟ 'ਚ ਤੁਸੀਂ ਦੇਣਾ, ਅਤੇ ਉਹਦੀ ਤਿਆਰੀ ਸਾਡੀ ਕੰਪਨੀ ਕਰਵਾਉਂਦੀ ਹੈ, ਉਹਦੇ 'ਚ ਕੋਈ ਵੱਡਾ ਮੈਟਰ ਨਹੀਂ ਹੈ। ਬਾਕੀ ਕੰਸਲਟੈਂਸੀ ਚਾਰਜਿਸ ਹੋਗੇ ਜੀ, ਐਮਬੈਸੀ ਦੇ ਵਿੱਚ ਤੁਸੀਂ ਜੋ ਚਲੋ ਡਾਕੂਮੈਂਟੇਸ਼ਨ ਜਿਹੜੀ ਪੁੱਟਅਪ ਕਰਨੀ ਆ ਉਹ ਤਾਂ ਤੁਸੀਂ ਕਰਨੀ ਆ, ਫਾਈਨੈਂਸ਼ੀਅਲ ਕੋਈ ਦਿੱਕਤ ਹੈ, ਇਨਕਮ ਦੇ ਡਾਕੂਮੈਂਟਸ ਹੈ ਜਾਂ ਇੰਟਰਵਿਊ ਪ੍ਰਪਰੇਸ਼ਨ, ਉਹ ਸਾਰੀ ਡਾਕੂਮੈਂਟੇਸ਼ਨ ਦੀ ਹੈਲਪ ਜਿਹੜੀ ਹੈ ਸਾਡੀ ਕੰਪਨੀ ਤੁਹਾਨੂੰ ਕਰਵਾ ਕੇ ਦੇਵੇਗੀ, ਅਤੇ ਤੁਸੀਂ ਜਿਹੜਾ ਹੈਗਾ ਜਿਹੜੇ ਕੰਪਨੀ ਚਾਰਜਿਸ ਹੈ ਬਾਕੀ ਚਾਰਜਿਸ ਆਫਟਰ ਵੀਜ਼ਾ ਪੇ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜਿਹੜਾ ਜਿਹੜੀ ਫੀਸ ਹੈਗੀ ਹੈ ਕਾਲਜ ਦੀ ਯੂਨੀਵਰਸਿਟੀ ਦੀ, ਉਹ ਤੁਸੀਂ ਅਗਰ ਇੰਡੀਆ ਰਹਿੰਦੇ ਰਹਿੰਦੇ ਤੁਸੀਂ ਪੇ ਕਰਨੀ ਉਹ ਵੀ ਕਰ ਸਕਦੇ ਹੋ, ਤੁਸੀਂ ਅਗਰ ਉੱਥੇ ਜਾ ਕੇ ਪੇ ਕਰਨੀ ਹੈ ਫਿਰ ਤੁਹਾਨੂੰ ਨਾਲ ਲੈ ਕੇ ਜਾਣੇ ਪੈਣ
ਜਾਣਗੇ ਜਾਂ ਕਾਲਜ ਦੇ ਨਾਮ 'ਤੇ DD ਲੈ ਕੇ ਜਾਣਾ ਜਾਂ ਟਰੈਵਲ ਦੇ ਚੈੱਕ ਲੈ ਕੇ ਜਾਣੇ ਹੈ ਜਾਂ ਕੋਈ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਵਿੱਚ ਉਹ ਪੇਮੈਂਟ ਲੈ ਕੇ ਜਾਣੀ ਹੈ ਵੀ ਅਗਰ ਤੁਹਾਨੂੰ ਬਾਰਡਰ ਇਮੀਗ੍ਰੇਸ਼ਨ ਵਾਲੇ ਪੁੱਛਦੇ ਨੇ ਵੀ ਤੁਸੀਂ ਆਏ ਹੋ ਇੱਥੇ, ਤੁਸੀਂ ਜਦੋਂ ਆਈਡੈਂਟੀ ਹੈਗਾ, ਵੀਜ਼ਾ ਆ ਗਿਆ, ਤੁਹਾਡਾ ਸਭ ਕੁਛ ਹੈਗਾ, ਵੀ ਤੁਹਾਡੇ ਕੋਲ ਫੀਸ ਹੈਗੀ ਹੈ ਕਿ ਜਿਹੜੇ ਤੁਸੀਂ ਭਰਨੀ ਹੈ, ਅਤੇ ਉਹ ਤੁਹਾਡੇ ਕੋਲ ਹੋਣੀ ਜ਼ਰੂਰੀ ਹੈਗੀ ਹੈ, ਅਤੇ ਉਸ ਤੋਂ ਬਿਨਾਂ ਤੁਹਾਨੂੰ ਦਿੱਕਤ ਇਮੀਗ੍ਰੇਸ਼ਨ 'ਚ ਆ ਸਕਦੀ ਹੈ। ਬਟ ਇਸ ਤੋਂ ਇਲਾਵਾ 5 ਸਾਲ ਦਾ ਤੁਹਾਡਾ ਵੀਜ਼ਾ ਲੱਗਦਾ ਹੈ, ਵੀ ਜਿਹੜਾ ਕੋ ਜਿਹੜਾ ਯੂਨੀਵਰਸਿਟੀ ਜਾਂ ਕਾਲਜ ਦੇ ਨਾਮ ਦਾ ਤੁਹਾਡਾ ਵੀਜ਼ਾ ਲੱਗਦਾ ਹੈ ਉਹ ਜਿਹੜਾ ਪਾਸਪੋਰਟ 'ਤੇ ਲਿਖ ਕੇ ਆਉਂਦਾ ਵੀ ਇਸ ਕਾਲਜ ਦਾ ਤੁਹਾਡਾ ਵੀਜ਼ਾ ਲੱਗਿਆ ਹੈਗਾ। ਬਾਕੀ ਇਨਟੇਕਸ ਇਸ ਟਾਈਮ 'ਤੇ ਅਪ੍ਰੈਲ ਇਨਟੇਕ ਹੈਗਾ ਜੀ, ਫਿਰ ਸੈਪਟੈਂਬਰ ਇਨਟੇਕ ਹੈਗਾ, ਅਤੇ ਇੰਟਰਵਿਊ ਡੇਟ ਸਾਡੀ ਕੰਪਨੀ ਤੁਹਾਨੂੰ ਪ੍ਰੋਵਾਈਡ ਕਰਦੀ ਹੈ, ਕਿਉਂਕਿ ਸਾਡੇ ਕੋਲ ਆਫਿਸ ਸਟਾਫ ਸਾਡੇ ਕੋਲ ਕੁਛ ਇਸ ਟਾਈਪ ਦਾ ਹੈਗਾ ਵੀ ਜਿਹੜਾ ਡੇ ਐਂਡ ਨਾਈਟ ਵੀ ਇੰਟਰਵਿਊ ਦੀਆਂ ਡੇਟਸ ਜਿਹੜੀਆਂ ਲਿਆਉਂਦਾ ਰਹਿੰਦਾ, ਇਸ ਕਰਕੇ ਤੁਹਾਨੂੰ ਦਿੱਕਤ ਨਹੀਂ ਆਏਗੀ। ਜਿਵੇਂ ਵੀ ਇੰਟਰਵਿਊ ਦੀ ਡੇਟਸ ਅਵੇਲੇਬਲ ਹੋਣਗੀਆਂ, ਵੀ ਜਿਵੇਂ ਵੀ ਓਪਨ ਹੁੰਦੀਆਂ, ਅਤੇ ਉਹ ਸਾਡੀ ਕੰਪਨੀ ਨਾਲ ਦੀ ਨਾਲ ਪਿੱਕ ਕਰ ਦਿੰਦੀ ਹੈ, ਕਿਉਂਕਿ ਅਸੀਂ ਨੰਬਰਸ 'ਚ ਕੰਮ ਕਰਦੇ ਨੇ ਵੀ ਐਟ ਏ ਟਾਈਮ ਸਾਡੇ ਕੋਲ 15-20 ਫਾਈਲਾਂ ਜਿਹੜੀਆਂ ਹੈ USA ਦੀਆਂ ਮਿਨੀਮਮ ਚੱਲ ਰਹੀਆਂ ਹੁੰਦੀਆਂ ਹਰ ਟਾਈਮ ਦੇ ਵਿੱਚ। ਬਾਕੀ USA ਦੇ ਵਿੱਚ ਇੱਕ ਖਾਸੀਅਤ ਹੋਰ ਹੈ, ਬਾਈ ਚਾਂਸ ਤੁਸੀਂ ਘਬਰਾ ਗਏ ਇੰਟਰਵਿਊ ਦੇ ਟਾਈਮ 'ਤੇ ਜਾਂ ਕੋਈ ਵੀ ਦਿੱਕਤ ਆ ਗਈ, ਵੀ ਤੁਸੀਂ ਸਿਰਫ ਇੱਕ ਦੁਬਾਰਾ ਅੰਬੈਸੀ ਫੀ ਜਿਹੜੀ $160 ਪੇ ਕਰਕੇ ਦੁਬਾਰਾ ਤੁਸੀਂ ਆਪਣੀ ਫਾਈਲ ਪੁੱਟਅਪ ਕਰ ਸਕਦੇ ਹੋ। ਕੋਈ ਦੁਬਾਰਾ ਸਰਵਿਸ ਫੀਸ ਦੀ ਪੈਸੇ ਨਹੀਂ ਪੇ ਕਰਨੇ, ਕੋਈ ਤੁਸੀਂ ਆਪਣਾ ਕੋਈ I-20 ਦੁਬਾਰਾ ਨਹੀਂ ਮੰਗਾਉਣਾ, ਕੁਛ ਨਹੀਂ ਕਰਨਾ ਹੈਗਾ, ਤੁਸੀਂ ਸੇਮ ਫਾਈਲ ਨੂੰ ਦੁਬਾਰਾ ਇੰਟਰਵਿਊ ਦੀ ਡੇਟ ਲੈ ਕੇ ਅਤੇ ਤੁਸੀਂ ਆਪਣੀ ਦੁਬਾਰਾ ਇੰਟਰਵਿਊ ਦੇ ਸਕਦੇ ਹੋ। ਇਸ ਕਰਕੇ ਖਰਚਾ ਸਿਰਫ ਜਿਹੜਾ ਹੈਗਾ ਉਹ ਵੀ 12-13 ਹਜ਼ਾਰ ਦਾ ਐਕਸਟਰਾ ਖਰਚਾ ਆਉਂਦਾ। ਅਗਰ ਤੁਸੀਂ ਪਹਿਲੀ ਇੰਟਰਵਿਊ 'ਚ ਘਬਰਾ ਗਏ ਅਤੇ ਤੁਹਾਨੂੰ ਲੱਗਦਾ ਵੀ ਤੁਸੀਂ ਕੌਨਫੀਡੈਂਟ ਨਹੀਂ ਹੋ ਪਾਏ ਜਾਂ ਕੋਈ ਕੁਸ਼ਚਨ ਐਸਾ ਸੀਗਾ ਜਿਹੜਾ ਤੁਸੀਂ ਤਿਆਰੀ ਨਹੀਂ ਕਰ ਪਾਏ, ਅਤੇ ਤੁਸੀਂ ਉਹ ਤਿਆਰੀ ਕਰਕੇ ਤੁਸੀਂ ਦੁਬਾਰਾ ਅਗਰ ਤੁਸੀਂ ਦੁਬਾਰਾ ਨੂੰ ਕਰਕੇ ਇੱਕ ਵਾਰੀ ਦੁਬਾਰਾ ਅਟੈਂਪਟ ਕਰਨਾ ਚਾਹੁੰਦੇ ਹੋ, ਕਿਉਂਕਿ USA ਦਾ ਸਿਸਟਮ ਜਿਹੜਾ ਹੈਗਾ ਬਾਕੀ ਕੰਟਰੀਆਂ ਤੋਂ ਡਿਫਰੈਂਟ ਹੈਗਾ। ਤੁਸੀਂ ਨਹੀਂ ਇੰਟਰਵਿਊ ਪਾਸ ਕਰ ਪਾਏ, ਕੋਈ ਦਿੱਕਤ ਨਹੀਂ, ਤੁਸੀਂ ਦੁਬਾਰਾ ਜਾਓ, ਤੁਸੀਂ ਤੀਜੀ ਵਾਰੀ ਜਾਓ, ਚੌਥੀ ਵਾਰੀ ਜਾਓ, ਤੁਸੀਂ ਇੰਟਰਵਿਊ ਜਦੋਂ ਵੀ ਤੁਹਾਡਾ ਕੌਨਫੀਡੈਂਟ ਲੈਵਲ ਅੱਛਾ ਹੁੰਦਾ ਤੁਸੀਂ ਉਦੋਂ ਆਪਣਾ ਲਾਈਕ ਅਪਲਾਈ ਕਰ ਸਕਦੇ ਹੋ। ਸਾਡੀ ਕੰਪਨੀ ਤੁਹਾਨੂੰ ਬਾਰ ਬਾਰ ਇੰਟਰਵਿਊ ਦੀ ਤਿਆਰੀ ਜ਼ਰੂਰ ਕਰਾਈ, ਘੱਟੋ ਘੱਟ 10 ਅਟੈਂਪਟਸ ਤੁਹਾਡੇ ਐਸੇ ਹੁੰਦੇ ਨੇ ਜਿਹੜੇ ਸ਼ੁਰੂ 'ਚ ਅਸੀਂ ਆਪਣੀ ਕੰਪਨੀ ਸਾਡੀ ਕੰਪਨੀ ਖੁਦ ਹੀ ਇੰਟਰਵਿਊ ਦੀ ਪ੍ਰਿਪਰੇਸ਼ਨ ਦੇ ਨਾਲ ਫੇਸ ਟੂ ਫੇਸ ਇੰਟਰਵਿਊ ਲੈਂਦੀ ਹੈ ਬਾਰ ਬਾਰ, ਤਾਂ ਕਿ ਤੁਹਾਡਾ ਕੌਨਫੀਡੈਂਸ ਵੱਧ ਸਕੇ, ਤੁਹਾਡਾ ਤੁਹਾਡਾ ਇੱਕ ਈਜ਼ ਹੋ ਸਕੇ, ਤੁਹਾਨੂੰ ਟੈਂਸ਼ਨ ਨਾ ਹੋਏ ਵੀ ਹਾਂ ਵੀ ਮੈਂ ਕਿਵੇਂ ਇੰਟਰਵਿਊ ਦੀ ਤਿਆਰੀ ਕਰੂੰ ਜਾਂ ਕਿਵੇਂ ਇੰਟਰਵਿਊ ਦਿਉਂ, ਕਿਉਂਕਿ ਕੋਈ ਖਾਸ ਮੈਟਰ ਨਹੀਂ ਹੈਗਾ, ਬਸ ਇੱਕ 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 ਡਰ ਦੀ ਗੱਲ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦੀ ਹੈ ਕਿ ਤੁਸੀਂ ਆਈਲਟਸ ਦਾ ਜਦੋਂ ਐਗਜ਼ਾਮ ਦਿੰਦੇ ਹੋ ਜਾਂ ਸਪੀਕਿੰਗ ਦਿੰਦੇ ਨੇ, ਉਦੋਂ ਵੀ ਕਿਸੇ ਦਾ ਕਿਸੇ ਬੰਦੇ ਕੋਲ ਸਾਹਮਣੇ ਬੈਠ ਕੇ ਤੁਸੀਂ ਕੁਸ਼ਚਨ ਪੁੱਛਦੇ ਨੇ ਜੀ, ਉਹ ਤਾਂ ਹੋਰ ਵੀ ਬਹੁਤ ਕੁਛ ਪੁੱਛਦੇ ਨੇ ਵੀ ਫਲਾਣੇ ਵਾਲੀ ਚੀਜ਼ ਬਾਰੇ, ਇਸ ਟੋਪਿਕ 'ਤੇ ਬੋਲੋ, ਐਵੇਂ ਕਰੋ, ਐਵੇਂ ਕਰੋ, ਅਤੇ ਇਹਦੇ ਵਿੱਚ ਤਾਂ ਇਹ ਵੀ ਨਹੀਂ ਹੈਗਾ 4 ਕੁਸ਼ਚਨ ਪੁੱਛਣੇ ਹੈ। ਵੀਜ਼ਾ ਅਫਸਰ ਜ਼ਿਆਦਾਤਰ ਤੁਹਾਡਾ ਯੂਨੀਵਰਸਿਟੀ, ਅਗਰ ਤੁਸੀਂ ਵਧੀਆ ਲੈਂਦੇ ਹੋ, ਕੋਰਸ ਤੁਹਾਡਾ ਰੀਜ਼ਨੇਬਲ ਹੈਗਾ, ਯੂਨੀਵਰਸਿਟੀ ਦੇ ਨਾਮ 'ਤੇ ਹੀ ਤੁਹਾਨੂੰ ਵੀਜ਼ਾ ਦੇ ਦਿੱਤਾ ਜਾਂਦਾ, ਉਹ 'ਤੇ ਜ਼ਿਆਦਾ ਫੋਰਮੈਲਿਟੀ ਹੁੰਦੀ ਹੈ ਕੁਸ਼ਚਨਸ ਦੀ। ਹਾਂ, ਅਗਰ ਤੁਸੀਂ ਉਹੀ 2-2 4-4 ਕਮਰਿਆਂ ਦੇ ਕਾਲਜ 'ਚ ਅਪਲਾਈ ਕਰਨਾ, ਕਮਿਊਨਿਟੀ ਕਾਲਜਿਸ ਹੁੰਦੇ ਨੇ, ਹੋਰ ਹੁੰਦੇ ਨੇ, ਗਵਰਮੈਂਟ ਵੀ ਹੁੰਦੇ ਨੇ, ਪ੍ਰਾਈਵੇਟ ਵੀ ਹੁੰਦੇ ਨੇ, ਉਹਦੇ ਵਿੱਚ ਅਗਰ ਅਪਲਾਈ ਕਰਦੇ ਹੋ ਸਕਸੈਸ ਰੇਟ ਘੱਟ ਆਉਂਦਾ। ਹਾਂ, I-20 ਤੁਹਾਡਾ ਬਹੁਤ ਜਲਦੀ ਆ ਜਾਏਗਾ, ਹੋ ਸਕਦਾ ਦੂਜੇ ਤੀਜੇ ਦਿਨ ਹੀ ਆ ਜਾਏ, ਫਾਈਲ ਵੀ ਫਟਾਫਟ ਲੱਗ ਜਾਂਦੀ, ਕੋਈ ਦਿੱਕਤ ਨਹੀਂ ਆਉਂਦੀ, ਬਟ ਜਿਹੜਾ ਵੀਜ਼ਾ ਸਕਸੈਸ ਰੇਟ ਨਾਲ ਵਧੀਆ ਨਹੀਂ ਹੋ ਪਾਉਂਦਾ ਹੈਗਾ। ਬਟ ਅਗਰ ਆਪਾਂ ਗੱਲ ਕਰੀਏ ਵੀ ਅਗਰ ਤੁਸੀਂ ਟੋਪ ਲੈਵਲ ਦੀ ਯੂਨੀਵਰਸਿਟੀ 'ਚ ਕਿਤੇ ਅਪਲਾਈ ਕਰਦੇ ਹੋ, ਉਹਦੇ ਵਿੱਚ ਜਿਹੜੀ I-20 ਜਿਹੜੀ ਆਫਰ ਲੈਟਰ ਹੈਗੀ ਹੈ, ਮਹੀਨਾ 1.5 ਮਹੀਨਾ ਜ਼ਰੂਰ ਲਾ ਦਿੰਦੀ ਹੈ। ਬਟ ਸਿਸਟਮ USA ਦਾ ਇਹ ਹੈ ਵੀ ਕਾਲਜ ਯੂਨੀਵਰਸਿਟੀ ਦੇ ਨਾਮ 'ਤੇ ਤੁਹਾਨੂੰ ਵੀਜ਼ਾ ਮਿਲ ਜਾਂਦਾ, ਹੁਣ ਤੁਸੀਂ ਟੋਪ ਯੂਨੀਵਰਸਿਟੀ ਹੈਗੀਆਂ, ਟੋਪ 1000 ਯੂਨੀਵਰਸਿਟੀ ਜਿਹੜੀਆਂ US ਦੀ ਆਉਂਦੀਆਂ, ਅਗਰ ਉਹਦੇ ਵਿੱਚ ਅਪਲਾਈ ਕਰਦੇ ਹੋ ਸਕਸੈਸ ਰੇਟ ਬਹੁਤ ਵਧੀਆ ਰਹੇਗਾ। ਉਹੀ ਤੁਸੀਂ ਅਗਰ 500 ਟੋਪ ਯੂਨੀਵਰਸਿਟੀ 'ਚ ਅਪਲਾਈ ਕਰਦੇ ਹੋ, ਸਕਸੈਸ ਰੇਟ ਐਕਸਟ੍ਰੀਮਲੀ ਹਾਈ ਤੁਹਾਡਾ ਹੋ ਜਾਂਦਾ।
ਉਹਦੇ ਵਿੱਚ ਤਾਂ ਸਿਰਫ ਫਾਰਮੈਲਿਟੀ ਰਹਿ ਜਾਂਦੀ ਹੈ ਵੀ ਤੁਸੀਂ ਹਾਂ ਉੱਥੇ ਅਪੀਅਰ ਹੋਣਾ, ਇਸ ਤੋਂ ਇਲਾਵਾ ਇੰਟਰਵਿਊ ਵਾਲੀ ਗੱਲ ਤਾਂ ਰਹਿੰਦੀ ਨਹੀਂ ਹੈਗੀ, ਕੋਈ ਜ਼ਿਆਦਾ ਕੁਝ ਪੁੱਛਦੀ ਨਹੀਂ ਹੈਗੀ ਐਸੇ ਸਟੂਡੈਂਟ ਨੂੰ ਤਾਂ। ਇਸ ਕਰਕੇ ਅਗਰ ਤੁਸੀਂ ਆਇਲਟਸ ਦੇ ਨਾਲ ਅਪਲਾਈ ਕਰਦੇ ਹੋ ਜਾਂ ਤੁਸੀਂ ਪੀਟੀ ਕੀਤੀ ਹੈ ਜਾਂ ਟੋਫਲ ਕੀਤਾ ਹੋਇਆ, ਅਗਰ ਇਹਨਾਂ ਨਾਲ ਅਪਲਾਈ ਕਰਦੇ ਹੋ ਤਾਂ ਬੈਨੀਫਿਟ ਤੁਹਾਨੂੰ ਇਹ ਮਿਲਦਾ ਹੈ ਵੀ ਯੂਨੀਵਰਸਿਟੀ ਤੁਹਾਨੂੰ ਬਹੁਤ ਵਧੀਆ ਮਿਲ ਜਾਂਦੀ ਹੈ। ਅਤੇ ਜੇ ਯੂਨੀਵਰਸਿਟੀ ਤੁਹਾਨੂੰ ਬਹੁਤ ਵਧੀਆ ਮਿਲ ਜਾਂਦੀ ਹੈ ਤਾਂ ਤੁਹਾਨੂੰ ਸਕਸੈਸ ਰੇਟ ਜਿਹੜਾ ਅੰਬੈਸੀ 'ਚ ਤੁਹਾਡਾ ਆਪਣੇ ਆਪ ਹੀ ਆਟੋਮੈਟਿਕਲੀ ਹਾਈ ਹੋ ਜਾਂਦਾ ਵੀ ਬਜਾਏ ਕਿ ਹੁਣ ਬੱਚੇ ਕਹਿੰਦੇ ਨੇ ਵਿਦਾਊਟ ਆਇਲਟਸ ਕਰਾ ਦਿਓ। ਠੀਕ ਹੈ, ਵਿਦਾਊਟ ਆਇਲਟਸ 'ਚ ਕੁਛ ਯੂਨੀਵਰਸਿਟੀਜ਼ ਹੈਗੀਆਂ ਵਧੀਆ ਟੋਪ ਲੈਵਲ ਦੀਆਂ ਜਿਹੜੀ ਐਡਮਿਸ਼ਨਾਂ ਦੇ ਦਿੰਦੀਆਂ, ਬਟ ਜ਼ਿਆਦਾਤਰ ਨਹੀਂ ਦਿੰਦੀਆਂ ਹੈਗੀਆਂ ਯੂਨੀਵਰਸਿਟੀ 'ਚ ਐਡਮਿਸ਼ਨ। ਅਤੇ ਫਰਕ ਇਹ ਹੈ ਵੀ ਵਿਦਾਊਟ ਆਇਲਟਸ ਅਤੇ ਵਿਦ ਆਇਲਟਸ ਨਾਲ ਇਹ ਨਹੀਂ ਹੈਗਾ ਵੀ ਤੁਹਾਡਾ ਕੋਈ ਹੋਰ ਫਰਕ ਪੈਂਦਾ ਜਾਂ ਅੰਬੈਸੀ ਨੇ ਦੇਖਣਾ ਜਿਹਨੇ ਆਇਲਟਸ ਕੀਤਾ ਜਾਂ ਨਹੀਂ ਕੀਤਾ, ਉਹਦੇ ਵਿੱਚ ਇੰਨਾ ਫਰਕ ਨਹੀਂ ਪਏਗਾ। ਫਰਕ ਇਹ ਪਏਗਾ ਵੀ ਜਿਹੜੀ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਦੇ ਰਹੀ ਹੈ ਉਹ ਐਡਮਿਸ਼ਨ ਦੇ ਰਹੀ ਹੈ ਜਾਂ ਨਹੀਂ ਦੇ ਰਹੀ। ਵੀ ਉਹਨੂੰ ਅਗਰ ਵਿਦਾਊਟ ਆਇਲਟਸ ਤੁਸੀਂ ਅਪਲਾਈ ਕਰਦੇ ਹੋ ਮਾੜੀ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਦਿੰਦੀ ਹੈ, ਵਿਦ ਆਇਲਟਸ ਤੁਸੀਂ ਅਪਲਾਈ ਕਰਦੇ ਹੋ ਟੋਫਲ ਜਾਂ ਪੀਟੀ ਨਾਲ ਅਪਲਾਈ ਕਰਦੇ ਹੋ, ਟੋਪ ਲੈਵਲ ਦੀ ਯੂਨੀਵਰਸਿਟੀ ਜਿਹੜੀਆਂ ਤੁਹਾਨੂੰ ਐਡਮਿਸ਼ਨ ਦੇ ਦਿੰਦੀਆਂ ਅਤੇ ਉਹਦੇ ਨਾਲ ਤੁਹਾਡਾ ਸਕਸੈਸ ਰੇਟ ਜਿਹੜਾ ਹਾਈ ਹੋ ਜਾਂਦਾ ਹੈ। ਇਹੀ ਇੱਕ ਮੰਤਰ ਹੈਗਾ ਜੀ USA ਦੇ ਵਿੱਚ ਵੀ ਟੋਪ ਲੈਵਲ ਦੀ ਯੂਨੀਵਰਸਿਟੀ ਅਪਲਾਈ ਕਰੋ, ਇੰਟਰਵਿਊ ਦੀ ਬੇਸਿਕ ਜੀ ਪ੍ਰਿਪਰੇਸ਼ਨ ਕਰ ਦਿਓ, ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ। ਅਗਰ ਹਾਂ ਤੁਸੀਂ, ਮੈਂ ਕਹਿ ਰਿਹਾ ਜੀ ਟੋਪ ਲੈਵਲ ਦੀ ਤੁਹਾਡੀ ਇੰਗਲਿਸ਼ ਹੈ ਜੀ, ਕੋਨਵੈਂਟ 'ਚ ਤੁਸੀਂ ਪੜ੍ਹੇ ਹੋ, ਤੁਸੀਂ ਜੋ ਬਹੁਤ ਵਧੀਆ ਇੰਗਲਿਸ਼, ਸੁਪਰ ਇੰਗਲਿਸ਼ ਹੈ ਤੁਹਾਡੀ ਬੋਲਣ ਵਾਲੀ, ਆਇਲਟਸ ਪੀਟੀ ਕੀਤਾ ਨਹੀਂ, ਯੂਨੀਵਰਸਿਟੀ ਦੀ ਬਜਾਏ ਤੁਸੀਂ ਕਾਲਜ ਲੈ ਲਿਆ ਜਾਂ ਕੋਈ ਮਾੜੀ ਯੂਨੀਵਰਸਿਟੀ ਲੈ ਲਈ, ਸਕਸੈਸ ਰੇਟ ਤੁਹਾਡਾ ਜ਼ਿਆਦਾ ਨਹੀਂ ਹੋ ਪਾਏਗਾ। ਇਹ ਜ਼ਰੂਰੀ ਨਹੀਂ ਹੈਗਾ ਤੁਹਾਡੀ ਇੰਗਲਿਸ਼ ਬਹੁਤ ਵਧੀਆ ਬੋਲਣੀ ਆਉਂਦੀ ਹੈ, ਤੁਸੀਂ ਉੱਥੇ ਆ ਕੇ ਜੀ ਕਨਵਿੰਸ ਕਰ, ਨਹੀਂ ਐਸਾ ਨਹੀਂ ਹੈਗਾ। ਵੀਜ਼ਾ ਆਫਿਸਰ ਆਪਦਾ ਮਾਇੰਡ ਸੈਟਅਪ ਉੱਥੇ ਬਣਾ ਦਿੰਦਾ ਵੀ ਤੁਸੀਂ ਕਿਹੋ ਜਿਹੀ ਯੂਨੀਵਰਸਿਟੀ 'ਚ ਅਪਲਾਈ ਕਰ ਰਹੇ ਹੋ ਅਤੇ ਉਹ ਯੂਨੀਵਰਸਿਟੀਜ਼ ਦੇ ਵਿੱਚ ਕਿੰਨੀਆਂ ਐਡਮਿਸ਼ਨਾਂ ਅੰਬੈਸੀ 'ਚ ਆਉਂਦੀਆਂ। ਹੁਣ ਕਈ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਦੇ ਇੰਡੀਆ 'ਚ ਆਫਿਸ ਹੈਗੇ ਨੇ, ਆਫ ਲੈਟਰ ਦੇਣੀ ਹੈ ਜੀ, ਫਟਾਫਟ ਆਫ ਲੈਟਰ ਦੇ ਦਿੰਦੇ ਨੇ, ਫਟਾਫਟ I-20 ਦੇ ਦਿੰਦੇ ਨੇ, ਵੀ ਨੰਬਰਸ ਦੀ ਗੇਮ ਹੁੰਦੀ ਹੈ ਉਹਨਾਂ ਦੀ। ਉੱਥੇ ਜਦ ਤੁਸੀਂ ਫਾਈਲ ਲਗਾਓਗੇ ਵੀ ਨੈਚ ਦੀ ਗੱਲ ਹੈ ਵੀ ਉਹਨਾਂ ਦੀਆਂ ਅੰਬੈਸੀ 'ਚ ਬਹੁਤ ਜ਼ਿਆਦਾ ਫਾਇਦਾ ਆਉਂਦੀਆਂ ਅਤੇ ਉਹਦੇ ਨਾਲ ਵੀਜ਼ਾ ਸਕਸੈਸ ਰੇਟ ਘੱਟ ਜਾਏਗਾ। ਪ੍ਰੈਫਰੇਬਲ ਇਹ ਰੱਖੋ ਵੀ ਉਸ ਯੂਨੀਵਰਸਿਟੀ 'ਚ ਅਪਲਾਈ ਕਰਾਓ ਜਿਹੜੀਆਂ ਯੂਨੀਵਰਸਿਟੀਜ਼ ਕਮਿਸ਼ਨ ਨਹੀਂ ਦਿੰਦੀਆਂ ਜਾਂ ਜ਼ਿਆਦਾ ਏਜੰਟਸ ਨਹੀਂ ਹੈਗੇ ਜਿਨ੍ਹਾਂ ਦੇ ਵੀ, ਜਿਹੜੇ ਸਿਰਫ ਫਾਰਮਲੀ ਵੀ ਡਾਇਰੈਕਟ ਬੱਚੇ ਤੋਂ ਐਡਮਿਸ਼ਨ ਦਿੰਦੇ। ਅਸੀਂ ਕਈ ਯੂਨੀਵਰਸਿਟੀਆਂ ਡਾਇਰੈਕਟ ਬੱਚੇ ਦੇ ਨਾਮ 'ਤੇ ਐਡਮਿਸ਼ਨ ਪਾਉਂਦੇ ਹਾਂ ਵੀ ਸਾਨੂੰ ਕਮਿਸ਼ਨਸ ਨਹੀਂ ਆਉਂਦੀਆਂ ਉੱਥੋਂ, ਬਟ ਸਕਸੈਸ ਰੇਟ ਹਾਈ ਹੋ ਜਾਂਦਾ ਕਿਉਂਕਿ ਉਹ ਯੂਨੀਵਰਸਿਟੀਜ਼ ਦੀਆਂ ਅੰਬੈਸੀ 'ਚ ਜਿਹੜੀਆਂ ਐਪਲੀਕੇਸ਼ਨਸ ਘੱਟ ਜਾਂਦੀਆਂ ਜਾਂ ਨਹੀਂ ਜਾਂਦੀਆਂ, ਬਹੁਤ ਘੱਟ ਜਾਂਦੀਆਂ ਐਪਲੀਕੇਸ਼ਨ ਜਾਂ ਤਾਂ, ਅਤੇ ਉਹਦੇ ਨਾਲ ਕੀ ਹੁੰਦਾ ਵੀ ਜਦ ਜਿਹੜੀ ਯੂਨੀਵਰਸਿਟੀ ਦੀ ਐਪਲੀਕੇਸ਼ਨ ਘੱਟ ਜਾਂਦੀ ਹੈ ਉਹਦਾ ਸਕਸੈਸ ਰੇਟ ਨੈਚੁਰਲੀ ਗੱਲ ਹੈ ਕਾਫੀ ਜ਼ਿਆਦਾ ਹਾਈ ਜਾਂਦਾ। ਅਤੇ ਜਾਂ ਫਿਰ ਤੁਹਾਡੀਆਂ ਟੋਪ ਲੈਵਲ ਦੀ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਉਹਦੇ ਵਿੱਚ ਸਕਸੈਸ ਰੇਟ ਹਾਈ ਜਾਂਦਾ, ਕਿਉਂਕਿ ਵੀਜ਼ਾ ਅਫਸਰ ਦੇ ਦਿਮਾਗ 'ਚ ਆਉਂਦਾ ਵੀ ਇੰਨੀ ਟੋਪ ਲੈਵਲ ਦੀ ਯੂਨੀਵਰਸਿਟੀ ਅਗਰ ਇਹਨੂੰ ਐਡਮਿਸ਼ਨ ਦੇ ਰਹੀ ਹੈ ਤਾਂ ਹੀ ਇਜ਼ ਅ ਜੈਨੂਅਨ ਸਟੂਡੈਂਟ, ਰੈਦਰ ਦੈਨ ਕਿ ਕੋਈ ਦੋ ਕਮਰੇ ਦਾ ਕਾਲਜ ਬੱਚੇ ਨੂੰ ਐਡਮਿਸ਼ਨ ਦੇ ਰਿਹਾ। ਤੁਸੀਂ ਪ੍ਰੋਫਾਈਲ ਵਧੀਆ ਹੈ ਜੀ, ਤੁਹਾਡੇ ਬੈਂਡ ਵੀ ਵਧੀਆ ਨੇ, ਸਭ ਕੁਝ ਵਧੀਆ ਹੈ, ਇੰਟਰਵਿਊ ਤੁਹਾਡੀ ਹੈ, ਲੇਕਿਨ ਸਕਸੈਸ ਰੇਟ ਅੱਛਾ ਨਹੀਂ ਆਏਗਾ ਕਿਉਂਕਿ ਵੀਜ਼ਾ ਅਫਸਰ ਦਿਮਾਗ ਉਸ ਹਿਸਾਬ ਨਾਲ ਚੱਲਦਾ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਜਿਹੜਾ ਹੈਗਾ ਆਪਣਾ ਰੈਂਕਿੰਗ ਜਾਂ ਉਹਦਾ ਲੈਵਲ ਕੀ ਹੈਗਾ। ਅਤੇ ਹਾਂ ਖੈਰ ਉਹਨਾਂ ਦੇ ਵੀ ਵੀਜ਼ੇ ਆਉਂਦੇ ਨੇ ਮਾੜੇ ਕਾਲਜਾਂ ਦੇ, ਕਿ ਇਹ ਨਹੀਂ ਕਹਿੰਦਾ ਵੀ ਨਹੀਂ ਆਉਂਦੇ, ਬਟ ਸਕਸੈਸ ਰੇਟ ਇੰਨਾ ਹਾਈ ਨਹੀਂ ਆਉਂਦਾ ਜਿੰਨਾ ਕੁ ਟੋਪ ਲੈਵਲ ਦੀ ਯੂਨੀਵਰਸਿਟੀ ਅਤੇ ਕਾਲਜਿਸ ਆਉਂਦੇ ਆ। ਅਤੇ ਜ਼ਿਆਦਾ ਹੁਣ ਇਹਦੇ ਵਿੱਚ ਅਗਰ ਘੱਟ ਬਜਟ ਤੁਹਾਡਾ ਹੈਗਾ, ਬਾਹਰ ਜਾਣਾ ਚਾਹੁੰਦੇ ਹੋ, ਉਹ ਵੀ ਟੋਪ ਦੇ ਕੰਟਰੀ ਜਾਣਾ ਚਾਹੁੰਦੇ ਹੋ, ਗੋ ਫੋਰ USA। USA ਇੱਕ ਬਹੁਤ ਵਧੀਆ ਆਪਸ਼ਨ ਹੈ ਤੁਹਾਡੇ ਵਾਸਤੇ, ਸਸਤਾ ਇੰਤਜ਼ਾਮ ਹੈਗਾ, ਸਿਰਫ ਥੋੜ੍ਹੀ ਜਿਹੀ ਤੁਸੀਂ ਹਿੰਮਤ ਕਰਨੀ ਹੈ ਇੰਟਰਵਿਊ ਦੇਣ ਦੀ, ਜੋ ਕਿ ਬਹੁਤ ਵੱਡੀ ਮੈਟਰ ਨਹੀਂ ਹੈਗਾ। 4 ਤੋਂ 5 ਮਿੰਟ ਦੀ ਇੰਟਰਵਿਊ ਹੈ ਅਤੇ ਉਹਦੇ ਵਿੱਚ ਤੁਸੀਂ ਆਪ ਸੋਚ ਸਕਦੇ ਹੋ ਵੀ ਕੀ ਤੁਹਾਨੂੰ ਪੁੱਛ ਲੈਣਗੇ ਜਾਂ ਕਿੰਨਾ ਕੁ ਤੁਹਾਨੂੰ ਉਹਦੇ ਵਾਸਤੇ ਤਿਆਰੀ ਕਰਨ ਦੀ ਜ਼ਰੂਰਤ ਪਏਗੀ। ਬਾਕੀ ਕੇਸ ਨੂੰ ਕਿਵੇਂ ਸਟਰੋਂਗ ਕਰਨਾ ਹੈ, ਟੈਕਨੀਕਲੀ ਕਿਸ ਤਰੀਕੇ ਨਾਲ ਫਾਈਲ ਨੂੰ ਲਗਾਉਣਾ ਚਾਹੀਦਾ ਹੈ, ਕਿਵੇਂ ਕੋਰਸ ਲੈਣਾ ਚਾਹੀਦਾ ਹੈ, ਕਿਸ ਯੂਨੀਵਰਸਿਟੀ ਲੈਣੀ ਚਾਹੀਦੀ ਹੈ ਜਾਂ ਕਿਹੜੀ ਲੋਕੇਸ਼ਨ ਤੁਹਾਡੀ ਲੈਣੀ ਚਾਹੀਦੀ ਹੈ, ਉਹ ਡਿਸੀਜਨ ਜਿਹੜਾ ਸਾਡੇ 'ਤੇ ਛੱਡੋ, ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਸਕਸੈਸ ਰੇਟ ਹਾਈ ਕੀਤਾ ਜਾ ਸਕਦਾ। ਧੰਨਵਾਦ।